ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ A1 ਟਰਬਨ ਟ੍ਰੇਨਿੰਗ ਸੈਂਟਰ ਦੇ ਆਫੀਸ਼ੀਅਲ ਚੈਨਲ ਦੇ ਵਿੱਚ ਐਂਡ ਸ਼ਾਹੀ ਪੱਗ ਟਰਬਨ .com ਦੇ ਵਿੱਚ। ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਜਿਹੜੀ ਵੀਡੀਓ ਅਸੀਂ ਬਣਾਈ ਸੀ ਵੀ ਸ਼ੇਪ ਦੇ ਵਿੱਚ ਗੋਲ ਪਰਨਾ, ਐਂਡ ਉਹੀ ਵੀਡੀਓ ਅਸੀਂ ਦੁਬਾਰਾ ਤਿਆਰ ਕੀਤੀ ਹੈ ਸਾਡੇ ਫੈਨਸ ਦੀ ਡਿਮਾਂਡ ਦੇ ਉੱਪਰ, ਕਿਉਂਕਿ ਇਹ ਵੀਡੀਓ ਦੇ ਵਿੱਚ ਜਿਹੜਾ ਉਹ ਕਹਿੰਦੇ ਨੇ ਕਿ ਕੁਛ ਪਤਾ ਨਹੀਂ ਲੱਗ ਰਿਹਾ ਸੀ, ਉਹਦਾ ਕੰਪਲੈਕਸ਼ਨ ਡਾਰਕ ਸੀਗਾ, ਸੋ ਦੈਟਸ ਵਾਈ ਅਸੀਂ ਇਹ ਜਿਹੜੀ ਵੀਡੀਓ ਹੈ ਉਹ ਦੁਬਾਰਾ ਤਿਆਰ ਕੀਤੀ ਹੈ ਆਪ ਸਭ ਲਈ। ਸੋ ਅੱਜ ਅਸੀਂ ਸ਼ੁਰੂਆਤ ਕਰਦੇ ਹਾਂ ਗੋਲ ਪਰਨਾ ਕੇਸਕੇ ਦੀ, ਜਿਹੜਾ ਵੀ ਸ਼ੇਪ ਦੇ ਵਿੱਚ ਹੋਏਗਾ ਐਂਡ ਜਿਮ ਵਾਸਤੇ, ਜੋਗਿੰਗ ਵਾਸਤੇ ਅਤੇ ਗੁਰਦੁਆਰਾ ਸਾਹਿਬ ਜਾਣ ਲਈ ਪੂਰਾ ਪਰਫੈਕਟ ਆ। ਸੋ ਸ਼ੁਰੂਆਤ ਕਰਦੇ ਹਾਂ ਐਂਡ ਲੈਟਸ ਸਟਾਰਟ ਇਟ। ਪਰਨੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪਰਨੇ ਦੀ ਲੈਂਥ ਕਿੰਨੀ ਹੈ ਅਤੇ ਕੱਪੜਾ ਕਿਹੜਾ ਹੈ। ਪਰਨੇ ਦੀ ਲੈਂਥ 2.5 ਮੀਟਰ ਹੋਣੀ ਚਾਹੀਦੀ ਹੈ ਐਂਡ ਕੱਪੜਾ ਫੁੱਲ ਵੈਲ ਦਾ ਹੋਣਾ ਚਾਹੀਦਾ ਹੈ, ਅਤੇ ਕੋਸ਼ਿਸ਼ ਕਰੋ ਕਿ ਵਿਮਲ ਬ੍ਰਾਂਡ ਦੇ ਵਿੱਚ ਮਿਲੇ ਤਾਂ ਚੰਗੀ ਗੱਲ ਹੈ, ਕਿਉਂਕਿ ਉਹਦਾ ਕੱਪੜਾ ਜਿਹੜਾ ਜ਼ਿਆਦਾ ਵਧੀਆ ਆਉਂਦਾ ਹੈ। ਬੇਸ ਲਈ ਤੁਸੀਂ 1 ਮੀਟਰ ਦਾ ਪਰਨਾ ਯੂਜ਼ ਕਰ ਸਕਦੇ ਹੋ ਐਂਡ ਤਨੀਆ ਵਾਲਾ ਪਟਕਾ ਵੀ ਯੂਜ਼ ਕਰ ਸਕਦੇ ਹੋ। ਵੀ ਸ਼ੇਪ ਗੋਲ ਪਰਨਾ ਬਣਨ ਲਈ ਸਭ ਤੋਂ ਪਹਿਲਾਂ ਕੋਰਨਰ ਤੁਸੀਂ ਸਿੱਧਾ ਕਰਕੇ ਪੱਗ ਦੇ ਲੜਵੰਗ ਤਿਆਰ ਕਰ ਲੈਣਾ। ਆਪ ਜੀ ਦੇਖ ਸਕਦੇ ਹੋ ਇਸ ਤਰੀਕੇ ਨਾਲ ਲੜਨ ਨੂੰ ਤਿਆਰ ਕਰਕੇ ਐਂਡ ਆਪਣੇ ਲੈਫਟ ਸਾਈਡ ਤੋਂ ਪੱਲੇ ਨੂੰ ਮੁੱਛ ਪਾਉਣਾ। ਕਾਫੀ ਛੋਟਾ ਮੁੱਛ ਪਾਉਣਾ ਪਿੱਛੇ ਸੈਂਟਰ 'ਚੋਂ ਸਿਰ ਦੀ ਸਾਈਡ ਤੋਂ ਐਂਡ ਆਪ ਜੀ ਨੇ ਇਹ ਲੜਨ ਨੂੰ ਆਪਣੀ ਹਾਫ ਆਈ ਹਾਫ ਸ਼ੀਕ ਹਾਫ ਈਅਰ 'ਚ ਨਹੀਂ ਲਾਉਣਾ, ਆਪਣੀ ਅੱਖ ਤੋਂ ਥੋੜ੍ਹਾ ਪਿੱਛੇ ਐਂਡ ਕੰਨ ਕਵਰ ਕਰਦੇ ਹੋਏ ਲਾਉਣਾ। ਇਹ ਪਹਿਲਾ ਪੱਲਾ ਹੈ ਐਂਡ ਦੂਜਾ ਪੱਲਾ ਰਾਈਟ ਸਾਈਡ ਤੋਂ ਕਹਿੰਦਾ ਭਾਵ ਰਾਈਟ ਸਾਈਡ ਤੋਂ ਵੀ ਪਹਿਲਾ ਪੱਲਾ ਉਹ ਵੀ ਨੀਚੇ ਦੀ ਆਏਗਾ ਜਿਵੇਂ ਤੁਸੀਂ ਇਹ ਪੱਲਾ ਲਾਇਆ ਲੈਫਟ ਸਾਈਡ 'ਤੇ। ਇਹ ਵੀ ਕੰਨ ਕਵਰ ਕਰਦੇ ਹੋਇਆਂ ਇਸ ਤਰੀਕੇ ਨਾਲ ਲੱਗੇਗਾ ਐਂਡ ਇੱਥੇ ਇੱਕ ਡਿੰਪਲ ਦੇਣਾ ਸੀ। ਇਹਦਾ ਫਾਇਦਾ ਇਹ ਹੋਏਗਾ ਕਿ ਇੱਥੋਂ ਆਪਣੇ ਜਿਹੜੇ ਪਰਲੇ ਦੇ ਜਿਹੜੇ ਸੈਂਟਰ ਹੈ ਉਹ ਬਣਨਾ ਸ਼ੁਰੂ ਹੋ ਜਾਏਗਾ ਐਂਡ ਆਪਾਂ ਨੂੰ ਅੱਛੀ ਜਿਹੜੀ ਸ਼ੇਪ ਮਿਲ ਜਾਏਗੀ। ਮੇਨ ਖਾਸ ਖਿਆਲ ਇਹ ਰੱਖਣਾ ਹੈ ਕਿ ਪੱਲੇ ਦੀ ਜਿਹੜੀ ਚੌੜਾਈ ਹੈ ਬਰਕਰਾਰ ਰੱਖਣੀ ਹੈ। ਲੜਨ ਨਾਲ ਦੀ ਨਾਲ ਰੈਡੀ ਕਰ ਲੈਣੇ ਨੇ ਇਸ ਤਰੀਕੇ ਨਾਲ ਜਿਵੇਂ ਲੈਫਟ ਸਾਈਡ 'ਤੇ ਪੱਲਾ ਲੱਗਿਆ ਉਸ ਤਰੀਕੇ ਨਾਲ ਰਾਈਟ 'ਤੇ ਲਗਾਵਾਂਗੇ। ਹੱਥ ਦੀ ਪੋਜੀਸ਼ਨ ਦਾ ਖਾਸ ਖਿਆਲ ਰੱਖਣਾ ਹੈ ਕਿ ਉੱਪਰੋਂ ਤੁਸੀਂ ਇਸ ਤਰੀਕੇ ਨਾਲ ਹੱਥ ਫੇਰਨਾ ਹੈ ਐਂਡ ਸ਼ੇਪ ਇੱਦਾਂ ਬਣਾਉਣੀ ਹੈ ਐਂਡ ਨੈਕਸਟ ਪੱਲਾ ਇਸ ਤਰੀਕੇ ਨਾਲ ਘੁੰਮਾ ਕੇ ਲਗਾਵਾਂਗੇ। ਐਂਡ ਉੱਪਰ ਫਿੱਟ ਕਰ ਦੇਣਾ। ਸੈਂਟਰ ਕਰਨ ਲਈ ਆਪ ਜੀ ਨੇ ਬਾਜ ਦਾ ਸਹਾਰਾ ਲੈਣਾ ਬਸ, ਸਿਰ ਢੱਕ ਲੈਣਾ ਹੁਣ ਐਂਡ ਪਰਨਾ ਆਪਣਾ ਰੈਡੀ ਹੈ। ਖੋਲ੍ਹ ਕੇ ਖਿੱਚ ਲੈਣਾ ਐਂਡ ਬਾਜ ਦੀ ਹੈਲਪ ਦੇ ਨਾਲ ਜਾਂ ਫਿਰ ਆਪਣੇ ਹੱਥਾਂ ਦੀ ਮਿਹਨਤ ਨਾਲ ਹੀ ਤੁਸੀਂ ਸਿਰ ਜਿਹੜਾ ਹੈ ਢੱਕ ਸਕਦੇ ਹੋ। ਪਿੱਛੇ ਲੜ ਜਿਹੜਾ ਹੈ ਖਿੱਚ ਕੇ ਗੋਲ ਕਰਕੇ ਅੰਦਰ ਨੂੰ ਫਿੱਟ ਕਰ ਲੈਣਾ
ਐਂਡ ਇਸੇ ਤਰੀਕੇ ਨਾਲ ਦੂਜੀ ਸਾਈਡ ਤੋਂ ਐਂਡ ਆਪਣਾ ਪੰਨਾ ਰੈਡੀ ਹੈ। ਸੋ ਸਾਡੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਪ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੋਵੇਗਾ। ਸਾਡੇ ਨਾਲ ਜੁੜੇ ਰਹਿਣਾ ਜੀ, ਦੇਖਦੇ ਰਹੋ ਏ ਵਨ ਟਰਬਨ ਟ੍ਰੇਨਿੰਗ ਸੈਂਟਰ ਔਨ ਯੂਟਿਊਬ ਐਂਡ ਸ਼ਾਹੀ ਪੱਗ ਟਰਬਨ .com ਵੈਬਸਾਈਟ 'ਤੇ ਤੁਸੀਂ ਇਸੇ ਤਰੀਕੇ ਨਾਲ ਵਿਜ਼ਿਟ ਕਰਦੇ ਰਹੋ। ਐਂਡ ਹੁਣ ਜਿੰਨੀਆਂ ਵੀਡੀਓਜ਼ ਜਿਹੜੀਆਂ ਸਪੈਸ਼ਲ ਵੀਡੀਓਜ਼ ਆਉਣਗੀਆਂ ਉਹ ਸ਼ਾਹੀ ਪੱਗ ਟਰਬਨ .com 'ਤੇ ਹੀ ਅਪਲੋਡ ਹੋਇਆ ਕਰਨਗੀਆਂ। ਸੋ ਸਾਡੇ ਨਾਲ ਜੁੜੇ ਰਹਿਣਾ ਜੀ। ਵੰਸ ਅਗੇਨ ਥੈਂਕਸ ਫੋਰ ਵਾਚਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।